ਯਾਰ ਤੂੰ ਤਾਂ ਕਿਸੇ ਨੂੰ ਨੀ ਛੱਡਦਾ। ਲਾ ਦੇਖ ਲੋ ਲੈ, ਅਗਰ ਟੁੱਟ ਜਾਏਗਾ ਤਾਂ ਬਚੇਗਾ ਭਾਈ, ਕੋਈ ਬਾਤ ਹੀ ਨਹੀਂ ਰਹਿ ਲੈ ਦੇਗੇ ਭਈਆ। ਐਸਾ ਨਾ ਹੁੰਦਾ ਜਿੰਨਾ ਆਪ ਸੋਚ ਰਹੇ ਹੋ, ਉਤਨਾ ਨਹੀਂ ਹੁੰਦਾ ਭਾਈ। ਲੈ ਦੇਗੇ ਯਾਰ, ਕੈਰੀ ਬੇਦੀ ਚੱਲਿਆ ਕੈਨੇਡਾ। ਥੋੜਾ ਮੋਟਾ ਬੰਦਾ ਬੈਠਾ ਨਾ ਉਧਰਲੇ ਪਾਸੇ, ਉਹਦੀ ਫੋਟੋ ਖਿੱਚ ਰਿਹਾ ਵਾ, ਤੇ ਇਹ ਬਹੁਤ ਗਲਤ ਗੱਲ ਆ। ਮੋਟਾ ਬੰਦਾ ਦੇਖ ਲਓ ਤੁਸੀਂ, ਇੱਕ ਨਹੀਂ ਪਤਾ ਚੱਲਿਆ ਬਸ ਇੰਨਾ ਕੁ ਹਿਸਾਬ ਨਾਲ। ਉਹ ਤੇਰੀ ਦੀ ਚੋਰੀ ਕੀਤਾ ਬਾਈ ਇਹਨੇ, ਤੂੰ ਭਰੋਸਾ ਕਰ ਲੈ ਰਿਹਾ ਕਿਉਂਕਿ ਆਹ ਦੇਖੋ ਬਾਈ ਜੀ, ਹੁਣ ਜਾਵਾਂਗੇ ਆਪਾਂ ਉੱਥੇ ਉਹ ਭਵਨ ਤੱਕ। ਅੱਜ ਦੇ ਵਲੌਗ ਦੀ ਸਟਾਰਟਿੰਗ ਕਰੂਗਾ ਕੈਰੀ ਕੈਰੀ ਵੀਰੇ ਕਰੋ। ਕਹਿੰਦੇ ਵੀਰ ਆ ਬ੍ਰੇਕਫਾਸਟ ਕਰਕੇ ਯਾਰ ਹੁਣੀ ਹੋ ਗਏ ਰੈਡੀ, ਪਰ ਮੈਂ ਤਾਂ ਨਹਾਤਾ ਨਹੀਂ, ਤੇ ਹੁਣ ਅਸੀਂ ਦੇਖ ਰਹੇ ਆ ਮੈਟਰੋ, ਉਹ ਤੋਂ ਬਾਅਦ ਅਸੀਂ ਨਹਾਵਾਂਗੇ। ਤੇ ਸਾਹਮਣੇ ਬਾਈ ਮੈਟਰੋ ਆਉਂਦੀ ਆ ਤੇ ਹੁਣੇ ਲੰਘੂਗੀ, ਤੁਸੀਂ ਪਹਿਲਾਂ ਉਹ ਕਲਿੱਪ ਦੇਖੋ। ਕਹਿੰਦੇ ਜੀ ਅੱਜ ਦਾ ਦਿਨ ਸਟਾਰਟ ਹੋ ਰਿਹਾ ਦਿੱਲੀ ਮੈਟਰੋ ਤੋਂ। ਤਾਂ ਹੁਣ ਬਾਈ ਜੀ ਆਪਾਂ ਚੈੱਕ ਆਊਟ ਕਰ ਲਿਆ ਹੋਇਆ ਤੇ ਰਫਤਾਰ ਧਾੜੀ 'ਚ ਚਲਾ ਗਿਆ, ਤੇ ਆਪਾਂ ਬ੍ਰੇਕਫਾਸਟ ਬਾਹਲਾ ਜ਼ਿਆਦਾ ਮਹਿੰਗਾ ਕਰ ਲਿਆ ਕੁਛ। ਮੈਨੂੰ ਆਏਗਾ ਯਾਰ ਭਰਾ ਆਏ ਹੋਏ ਨੇ ਦਿੱਲੀ, ਹੈ ਨਾ, ਦਿਲਵਾਲੋਂ ਕਿ ਦਿੱਲੀ ਤੱਕ ਉਹ ਕਮੀ ਨਾ ਰਹਿ ਜੇ ਬਾਈ ਸੇਵਾ ਵਿੱਚ, ਤਾਂ ਕਰਕੇ ਬ੍ਰੇਕਫਾਸਟ ਕਰਵਾਤਾ ਹੋਇਆ ਤੇ ਰਫਤਾਰ ਵੀਰ ਨੂੰ ਵੀ ਭਾਜਣਾ ਪਈਆਂ ਹੋਈਆਂ ਨੇ। ਰਫਤਾਰ ਵੀ ਨਹੀਂ ਨਹਾਤਾ ਬਾਈ, ਅਸੀਂ ਦੇਖ ਲਿਆ ਉਹ ਮਤਲਬ ਬਾਥਰੂਮ ਚੱਲਿਆ ਤੇ ਹੋਰ ਕੀ। ਚਲੋ ਬਾਈ ਤੁਹਾਨੂੰ ਪਤਾ ਵੀ ਉਹ ਕੰਮ ਬੰਦਾ ਭੱਜਦਾ ਪਈ ਆਹ ਚਾਵਲ ਓਏ ਯਾਰ, ਤੂੰ ਤਾਂ ਇੱਕ ਚਾਵਲ ਹੀ ਮਾਣ ਨਹੀਂ ਸੀਗਾ ਤੇ ਉੱਧਰ ਦੂਜਾ ਵੀ ਆ ਗਿਆ। ਛੋਟਾ ਭਰਾ ਨਾ ਨਾ ਮੇਰਾ ਟੈਲੈਂਟ ਅੱਧਾ ਇੱਧਰ ਨਹੀਂ ਹੋਇਆ ਸਟੈਂਡ, ਅੱਧਾ ਉੱਧਰ ਜਾ ਰਿਹਾ। ਉਹ ਜੇ ਕੋ ਤਾਂ ਇਦਾਂ ਹੋਣ ਲੱਗ ਜਾਵੇ ਜੀ ਉਹ ਖੜਾ ਹੋਣਾ, ਰੀਲ ਬਣਾ ਦੇ ਬੜੀ ਬੜੀ ਨਹੀਂ ਬਣਾਉਂਦਾ। ਇਹ ਨਹੀਂ ਬਣਾਉਂਦੀ ਬਾਬਾ, ਬਣ ਕੇ ਬਣ ਗਈ, ਬਣ ਗਈ ਜਲਦੀ ਖੜ ਨੂੰ ਮੁੱਕ ਜਾਣੀ ਆ ਉਹ। ਲੈ ਚਲੋ ਉਹਨਾਂ ਨੂੰ ਦੂ ਭੈਣਾ, ਪਹਿਲਾਂ ਕਦੇ ਉਹ ਚੱਕਣ ਲੱਗ ਗਿਆ, ਕਦੇ ਬੋਤਲਾਂ ਚੱਕਣ ਲੱਗ ਗਿਆ। ਪੂਰੀ ਘੇੜ ਬਣ ਰਹੀ ਸੀਗੀ, ਲੋਕਾਂ ਟੇਢੇ ਉਹ ਦੇਖੀ ਆ, ਉਹ ਲੋਕਾਂ ਨੇ ਦੇਖੀ ਆ। ਹੋਰ ਇੰਸਟਾ ਤੇ ਬੜੀਆਂ ਚਾਰ ਫੋਲੋਵਰ ਹੋਣਗੇ। ਚਲੋ ਯਾਰ ਮੇਰੀ ਗੱਲ ਸੁਣੋ, ਹੁਣ ਅੱਜ ਬਾਈ ਜਿਹੜਾ ਵਲੌਗ ਹੈ ਨਾ ਐਡਾ ਤਗੜਾ ਹੋਣ ਵਾਲਾ, ਤੁਸੀਂ ਮਤਲਬ ਹੱਕੇ ਬੱਕੇ ਰਹਿ ਜਾਓਗੇ ਵੀ ਯਾਰ ਹੋ ਕੀ ਗਿਆ ਵਲੌਗ ਦੇ ਵਿੱਚ, ਹੈ ਨਾ। ਕੀ ਆ ਉਹ ਸਰਪ੍ਰਾਈਜ਼? ਕੈਰੀ ਬੇਦੀ ਚੱਲਿਆ ਕੈਨੇਡਾ। ਪਰ ਮੈਂ ਨਾ ਕੇ ਜਾਣਾ ਵੀਰੇ, ਮੈਂ ਮਜ਼ਾਕ ਕਰਦਾ ਹੀ ਹੁੰਦਾ ਨਾ, ਦਾੜੀ ਕਟਾ ਦੋ ਮੇਰੀ। ਪਤਾ ਕੀ ਚੱਕਰ, ਹੁਣ ਕਈਆਂ ਨੂੰ ਤੁਹਾਨੂੰ ਯਕੀਨ ਨਹੀਂ ਆਉਂਦਾ ਹੋਣਾ, ਕਈ ਹੋਰ ਕਹਿੰਦੇ ਹੋਣਗੇ ਯਾਰ ਵੀ ਮਜ਼ਾਕ ਕਰ ਰਹੇ ਆ ਯੇ ਵੋ, ਪਰ ਬਾਈ ਜੀ ਦੱਸਿਆ ਨਹੀਂ ਕਿਸੇ ਵਲੌਗ ਦੇ ਵਿੱਚ, ਤੇ ਤੁਹਾਨੂੰ ਆਹਲੇ ਵਲੌਗ ਵਿੱਚ ਪਤਾ ਲੱਗੂਗਾ। ਹਾਂ ਉਹ ਦੱਸਿਆ ਸੀਗਾ ਵੀਜ਼ਾ ਆਇਆ ਹੋਇਆ ਦੱਸਿਆ ਸੀਗਾ ਆਪਾਂ, ਪਰ ਇਹ ਤਾਂ ਨਹੀਂ ਦੱਸਿਆ ਵੀ ਆਪਾਂ ਜਾਣਾ ਵਾ ਹੁਣ ਕਦੋਂ ਜਾਣਾ ਵਾ। ਤਾਂ ਕਰਕੇ ਬਾਈ ਸਰਪ੍ਰਾਈਜ਼ ਐਡਾ ਤਗੜਾ, ਅੱਜ ਆਪਾਂ ਰਾਤ ਤੱਕ ਪਹੁੰਚ ਜਾਂਗੇ ਏਅਰਪੋਰਟ, ਅਤੇ ਉਸ ਤੋਂ ਬਾਅਦ ਮੇਰੇ ਭਰਾ ਨੂੰ ਆਪਾਂ ਛੱਡ ਆਉਣਾ ਯਾਰ, ਠੀਕ ਆ ਵੇ। ਤੂੰ ਬਾਂਦਰ ਹੀ ਆ, ਉਹ ਵੀ ਚਿੜੀਆ ਘਰ ਹੀ ਬਣਿਆ ਹੋਇਆ ਇਸ ਟਾਈਮ, ਕਿਉਂਕਿ ਮਿਹਨਤ ਮਜ਼ਦੂਰੀ ਬਾਈ ਜਾਨਵਰਾਂ ਨੂੰ ਕਰਨੀ ਪੈਂਦੀ ਆ, ਉੱਥੇ ਫਿਰ ਜਾ ਕੇ ਪੈਸੇ ਜੁੜਦੇ ਆ ਵੀਰੇ, ਠੀਕ ਆ ਨਾ। ਜਿਵੇਂ ਤੂੰ ਇੱਥੇ ਆਰਾਮ ਨਾਲ ਹੱਥ ਜੇ ਝਾੜ ਕੇ ਤੇ ਤੁਹਾਨੂੰ ਪੂੰਜੀ ਪੂੰਜੀ ਜਾਂਦਾ, ਇਹ ਕੰਮ ਉੱਥੇ ਨਹੀਂ ਹੋਣਾ ਗਾ, ਠੀਕ ਆ ਨਾ। ਮੈਨੂੰ ਰੱਖ ਲੈਣਗੇ ਯਾਰ ਕੈਨੇਡਾ ਵਾਲੇ ਮੇਰੇ ਮੂੰਹ ਦੇਖ ਕੇ। ਤੇਰਾ ਮੂੰਹ ਦੇਖ ਕੇ ਤਾਂ ਨਹੀਂ ਰੱਖਦੇ, ਜੇ ਕਰਤੂਤਾ ਦੇਖ ਤੈਨੂੰ ਕੱਢ ਜ਼ਰੂਰ ਦੇਣਗੇ। ਬਾਈ ਮੈਂ ਆਪਦੀ ਬੇਇੱਜ਼ਤੀ ਤਾਂ ਕਰਦਾ, ਤੁਹਾਨੂੰ ਸੱਚ ਦੱਸਾਂ ਵੀ ਜਦੋਂ ਮੈਂ ਆਪਦੀ ਕਰ ਰਿਹਾ ਚੁੱਪ ਹੋ ਜਾਂਦੇ, ਨਹੀਂ ਮੇਰੀ ਬਾਲੀ ਕਰਦੇ ਆ, ਥੋੜੀ ਜੀ ਕਰਕੇ ਆ ਫਿਰ ਚੁੱਪ ਹੋ ਜਾਂਦੇ। ਇਹਦੀ ਸਟ੍ਰੈਟਜੀ ਆ ਯਾਰ ਵੀ ਜਦੋਂ ਇਹਦੀ ਬਾਲੀ ਬੇਇੱਜ਼ਤੀ ਹੋ ਜਾਂਦੀ ਫਿਰ ਆਪਦੀ ਆਪ ਹੀ ਕਰ ਲੈਂਦਾ, ਫਿਰ ਮੈਂ ਹੁੰਦਾ ਵੀ ਚਲੋ ਹੁਣ ਘੱਟ ਜਾਣਗੇ, ਪਰ ਆਪਾਂ ਫਿਰ ਵੀ ਨਹੀਂ ਘੱਟਦੇ। ਚਲੋ ਯਾਰ ਹੁਣ ਜਾ ਕੇ ਬੜਾ ਖਾਂਦੇ ਆ। ਉਹ ਜਿਹੜਾ ਦਰਖਤ ਕੀ ਉਹ ਜਾਨਵਰ? ਹਾਂ ਦਰਖਤ, ਹਾਂ ਇਹ ਨਹੀਂ ਬਹੁਤ ਵੱਡਾ ਜਾਨਵਰ ਆ ਉਹ। ਹਾਂ ਦੇਖੋ ਬਈ ਜਿਹੜਾ ਆਹ ਬੰਦਾ ਨਾ, ਇਹ ਉਹ ਜਿਹੜਾ ਮੋਟਾ ਅਪਰੇ ਹੋ ਮਾੜਾ ਜਿਹਾ ਸ਼ਕਲ, ਉਹ ਜਿਹੜਾ ਮੋਟਾ ਬੰਦਾ ਬੈਠਾ ਨਾ ਉਧਰਲੇ ਪਾਸੇ, ਉਹਦੀਆਂ ਫੋਟੋ ਖਿੱਚ ਰਿਹਾ ਵਾ, ਤੇ ਇਹ ਬਹੁਤ ਗਲਤ ਗੱਲ ਆ। ਮੋਟਾ ਬੰਦਾ ਦੇਖ ਲਓ ਤੁਸੀਂ, ਇੱਕ
ਪਲਟ ਗਿਆ ਸਾਲਾ ਮੇਰੇ ਵੱਲ ਨੂੰ ਕਰਦੀ ਸਾਰੀ ਓੜੀਆਂ ਸਹਿੰਦੇ ਗਲਤ ਬਾਈ ਸੋਰੀ ਯਾਰ ਜਸਟ ਮਜ਼ਾਕ ਆ ਭਰਾ ਨੂੰ ਬਾਈ ਬਹੁਤ ਬਹੁਤ ਲਵ ਯੂ ਬਾ ਕੈਰੀ ਉਹਨਾਂ ਵਿਆਹ ਕਰਾਉਣਾ ਚਾਹੁੰਦਾ ਮੈਨੂੰ ਇਹਨੇ ਮਨ ਚ ਮੈਨੂੰ ਦੱਸਿਆ ਹੈ ਨਹੀਂ ਉਹ ਕੈਮਰਾ ਦੱਸਿਆ ਇਹਨੇ ਮੈਨੂੰ ਕਹਿੰਦਾ ਮੈਂ ਬਹੁਤ ਪਿਆਰ ਕਰਦਾ ਕਹਿੰਦਾ ਉਹਨੂੰ ਨਾ ਬਾਬਾ ਸੀ ਦਾ ਦਾੜੀ ਦਾ ਕੀ ਇਲਾਜ ਆ ਦੱਸ ਮੈਨੂੰ ਪਹਿਲਾਂ ਇਹ ਦੱਸ ਠੀਕ ਆ ਜੀ ਖੂਨ ਖਾਈ ਮਾੜਾ ਜ਼ਿਆਦਾ ਡੁੱਲਿਆ ਤੇਰਾ ਦੱਸੀ ਦੱਸੀ ਛੱਡੀ ਆਹ ਦੇਖ ਲਓ ਬਾਈ ਆਹ ਦੇ ਫੈਂਸੀ ਫੋੜਤੀ ਬਾਈ ਕਿਸੇ ਨੇ ਉਹ ਬਾਜਵਾ ਕੀ ਹੁੰਦਾ ਪਿੰਨ ਮਾਰ ਕੇ ਯਾਰ ਬਾਈ ਆਹ ਗਲਾਸ ਹੁਣ ਦੇਖੋ ਤੁਸੀਂ ਆਹ ਗਲਾਸ 30 ਰੁਪਏ ਦਾ ਤੇ ਆਹ ਉਹਨੇ ਸਵਾਦ ਦੇਖੋ ਦਿੱਤਾ ਹੈ ਕਹਿੰਦਾ ਤੁਸੀਂ ਚੈੱਕ ਕਰੋ ਆਹ 30 ਰੁਪਏ ਦਾ ਗਲਾਸ ਆ ਇਹ ਵਾਲਾ ਦਿੱਲੀ ਵਾਲਾ ਦਾ ਨਾਲੇ ਇੰਨਾ ਗੰਦਾ ਹਾਂ ਇਹ ਤਾਂ ਇਹ ਸੀਗਾ ਜਿਵੇਂ ਨਾ ਪਾਣੀ ਵਿੱਚ ਰੰਗ ਜਿਹਾ ਘੋਲ ਕੇ ਦੇਤਾ ਹੁੰਦਾ ਨਾ ਕੋਈ ਸਵਾਦ ਨਾ ਵਾਸਤਾ ਮਾੜੀ ਵਿੱਚ ਖੰਡ ਪਾਤੀ ਹੁੰਦੀ ਤੇ ਹੁਣ ਬਾਈ ਕੈਰੀ ਆਪਣਾ ਬਾਹਰ ਚਲਿਆ ਤੈਨੂੰ ਕਿਵੇਂ ਲੱਗ ਰਿਹਾ ਫਿਰ ਓਏ ਗਲਾਸ ਚੱਕੋ ਬਾਈ ਚੱਕੋ ਲੱਭੇ ਸੀਗੇ ਆ ਲੋ ਬਾਈ ਮਜ਼ਾਕ ਕਰਦਾ ਲੱਭੇ ਨਹੀਂ ਸਾਡੀ ਗੱਡੀ ਚੋਂ ਲੱਭੇ ਸੀ ਮੈਂ ਸਾਡੇ ਡਿੱਗੇ ਸੀਗੇ ਜੁਰਮਾਨਾ ਜੁਰਮਾਨਾ ਤੇਰੇ ਸਿਰ ਤੇ ਚਾਲੀ ਕੁ ਦਾ ਬਣਦਾ ਕਿਉਂ 8000 ਉਹ 20000 ਉਹ 10000 ਉਹ ਬਾਕੀ ਬੂਟ ਕੱਪੜੇ ਵਾਲਾ ਉਹ ਭਰਾਵਾ ਹਾਂ 50000 ਦੇ ਨੇੜਾ ਸੱਚੀ ਗੱਲ ਆ ਵੀ ਜਿੱਥੇ ਵੀ ਜਾਂਦਾ ਮੈਂ ਤੈਨੂੰ ਪੈਸੇ ਦੇ ਦੂੰਗਾ ਮੇਰਾ ਇੱਥੇ 3000 ਰੁਪਏ ਦੇ ਦੇ ਪੀਣਾ ਕਲਾਡਾ ਮੈਂ ਪਿਆਉਂਗਾ ਤੁਹਾਨੂੰ ਮੇਰਾ ਇੱਥੇ 4000 ਰੁਪਏ ਦੇ ਦੇ ਐਂ ਕਰਦੇ ਕਰਦੇ ਨੇ 50000 ਕੀਤਾ ਪਿਆ ਵਾ ਤੇ ਹਜੇ ਤੱਕ ਵੀਰੇ ਇੱਕ ਰੁਪਈਆ ਆਉਣ ਦੀ ਆਸ ਨਹੀਂ ਹੈਗੀ ਇਹਦੇ ਕੋਲ ਤੇ ਹੁਣ ਕਹਿੰਦਾ ਮੈਂ ਕੈਨੇਡਾ ਚੱਲਿਆ ਵਾ ਇੱਕ ਥਾਪੜ ਕੇ ਕਹਿੰਦਾ ਮੈਂ ਨਹੀਂ ਦੇਣੀ ਇੱਕ ਥਾਪੜ ਕੇ ਕਹਿੰਦਾ ਤੂੰ ਟਿਕਟ ਦਿਖਾ ਆਪਦੀ ਹੈ ਟਿਕਟ ਦਿਖਾ ਤੈਨੂੰ ਯਾਰ ਟਿਕਟਾਂ ਲਈ ਵੀ ਕੀ ਗੱਲ ਕਰਦੇ ਵਾਲੇ ਇਹ ਕਿਹੜਾ ਜਵਾਕ ਆ ਯਾਰ ਇਹ ਮੈਨੂੰ ਨਹੀਂ ਪਤਾ ਹਜੇ ਕਹੋ ਟਿਕਟ ਦਾ ਵੀ ਤੇਰੀ ਕੌਣ ਦੱਸੀ ਤੇਰੀ ਦੀ ਉਹ ਕੈਰੀ ਚੱਲਿਆ ਸੱਚੀ ਜਮਾ ਯਕੀਨ ਨੀ ਸੀ ਐ ਕਰ ਆ ਡੋਲਰ ਤੇ ਪਾਸਵਰਡ ਫੜ ਲਾ ਮੈਂ ਧੋਣ ਕੋਲੇ ਤੇਰੇ ਸਾਹਮਣੇ ਲਾ ਦੀ ਜਲਦੀ ਕਰ ਜਲਦੀ ਕਰ ਮਜ਼ਾਕ ਨਹੀਂ ਜਲਦੀ ਕਰ ਟਾਈਮ ਹੈ ਨਹੀਂ ਕਹਿੰਦਾ ਛੇਤੀ ਕਰ ਯਾਰ ਕੀਤੀ ਆ ਸਾਲਿਆ ਇਹਨੂੰ ਉਹਨੂੰ ਬੜਾ ਚੰਗੀ ਤਰ੍ਹਾਂ ਦਾ ਫੜ ਪਤਾ ਲੱਗੇ ਵੀ ਪੈਸੇ ਫੜੇ ਆ ਤੂੰ ਤਾਂ ਬੜਾ ਇਹ
ਬੜਾ ਗੰਦਾ ਹੁੰਦਾ ਬਾਈ ਦੇਖੋ ਯਾਰ ਸੀਰੀਅਸਲੀ ਓਏ ਯਾਰ ਦੇਖੋ ਤਾਂ ਸਹੀ ਪੈਸੇ ਪੂਹੇ ਕੈਰੀ ਫਿਰ ਸੱਚੀ ਚੱਲਿਆ ਯਾਰ ਸ਼ਕਲ ਤਾਂ ਤੇਰੀ ਭੈਣ ਆ ਬੂਟ ਤਾਂ ਦੇਖ ਲੈ ਹੈਗੇ ਯਾਰ ਇਹ ਕਹਿੰਦੀ ਕਹਿੰਦਾ ਮੈਂ ਕੈਨੇਡਾ ਚੱਲਿਆ ਵਾ ਕਰਾਂਸੀ ਸਾਡਾ ਯੂਕੇ ਦੀ ਚੱਕੀ ਕਰਦਾ ਮੈਨੂੰ ਵੀ ਹਜੇ ਤੱਕ ਪ੍ਰਭਾਵ ਮੈਨੂੰ ਤਾਂ ਹੁਣ ਤੁਸੀਂ ਹੁਣ ਦਿਖਾਇਆ ਡਾਲਰ ਡੁਲਰ ਕੱਢ ਕੇ ਆਪ ਵਲੌਗ ਦੇ ਵਿੱਚ ਮਜ਼ਾਕ ਕਰ ਰਿਹਾ ਵਾ ਮੈਂ ਦੇਖ ਲੋ ਬਾਈ ਆਪ ਚਲੋ ਯਾਰ ਹੁਣ ਚੱਲੀਏ ਬਸ ਆਪਾਂ ਤੁਹਾਡੇ ਸਾਹਮਣੇ ਮੈਂ ਸਬੂਤ ਦੇਤਾ ਖਾਣੇ ਪੀਣੇ ਕੋਲ ਜਾ ਕੇ ਜੂਸ ਪੀ ਲਿਆ ਖਾਣੇ ਆਹ ਰਫਤਾਰ ਦੇ ਕੰਮ ਦੇਖ ਲੋ ਗੱਡੀ ਖੜਾਈ ਹੈ ਇਹਨੇ ਆਹ ਦੇਖੋ ਹੈ ਪੂਰਾ ਝਰੀਟਾਂ ਝਰੂਟਾਂ ਪਾ ਕੇ ਜਮਾ ਕੰਧ ਦੇ ਆਦਰ ਦੇਖਿਆ ਪਿੰਗੀ ਹੋਈ ਪਈ ਹੈ ਦੇਖ ਉਹਨੇ ਤਾਂ ਆਹ ਜੀ ਦੇ ਪਿੰਗਾ ਹੋਇਆ ਪਿਆ ਸਿਸਟਮ ਇਹਦਾ ਨਹੀਂ ਨਹੀਂ ਪਿੱਛੇ ਦਾ ਕਰ ਇਹਨੂੰ ਕਰਾ ਪਿੱਛੇ ਕਰਕੇ ਹੁਣ ਦੇਖਿਓ ਬਾਈ ਠੀਕ ਆ ਇਹ ਆਹ ਵਾ ਨਾ ਹੁਣ ਦੇਖਿਓ ਪਿੱਛੇ ਹੁੰਦੀ ਇਹ ਹੁਣ ਸਿੱਧੀ ਦੇਖਿਓ ਕਿਵੇਂ ਹੁੰਦੀ ਹੈ ਇਹ ਉਹ ਦੇ ਵੈਲ ਡਨ ਬਰੋ ਵੈਲ ਡਨ ਬਹੁਤ ਵਧੀਆ ਜਮਾਂ ਸਹੀ ਹੈ ਜਮਾਂ ਨਹੀਂ ਕੁਛ ਹੋਇਆ ਹਾਂ ਨਿਕਲ ਗਏ ਚਿੱਪ ਚਿੱਪ ਬਹੁਤ ਸੋਹਣੀ ਵੀਰੇ ਬਹੁਤ ਨੋਰਮਲ ਹੁੰਦੀ ਆ ਇਹ ਚੀਜ਼ ਇਹ ਨੋਰਮਲ ਆ ਇਹਦਾ ਨਿਸ਼ਾਨੀ ਆ ਕਾਲਾ ਟਿੱਕਾ ਲੱਗਿਆ ਹੋਇਆ ਵੱਡਾ ਨੁਕਸਾਨ ਹੋਣਾ ਸੀ ਛੋਟੇ ਸਰ ਗਿਆ ਅੱਛਾ ਥੈਂਕ ਯੂ ਯਾਰ ਤੂੰ ਮੇਰਾ ਨੁਕਸਾਨ ਬਚਾਇਆ ਇੰਨਾ ਰੌਲਾ ਪਾਇਆ ਸੀ ਇਹਨੇ ਇੰਨਾ ਰੌਲਾ ਪਾਇਆ ਸੀ ਨਾ ਦੇਖੋ ਕਿੱਧਰ ਚੱਲ ਪਈ ਹੈ ਜਵਾਨੀ ਆਪਣੀ ਹੁਣ ਬਾਈ ਜੀ ਕੈਰੀ ਆਇਆ ਹੋਇਆ ਮੇਰੇ ਵੀਰੋ ਧਰਤੀ ਮੌਲ ਤੁਹਾਨੂੰ ਪਤਾ ਸਰੋਜਨੀ ਨਗਰ ਸਰੋਜਨੀ ਮਾਰਕੀਟ ਕਹਿੰਦੇ ਆ ਇਹਨੂੰ ਬਾਈ ਜੀ ਦਿੱਲੀ ਦੀ ਅਤੇ ਕੈਰੀ ਨੇ ਬਾਈ ਬਾਹਰਲੀ ਸ਼ੋਪਿੰਗ ਕਰਨੀ ਆ ਮਜ਼ਾਕ ਨਹੀਂ ਸਾਰਾ ਕੁਝ ਲੈ ਲਿਆ ਪਰ ਜਿਹੜਾ ਸਾਈਡ ਬੈਗ ਹੁੰਦਾ ਨਾ ਉਹ ਲੈਣਾ ਭੁੱਲ ਗਿਆ ਤਾਂ ਕਰਕੇ ਉਹ ਦੇਖਦਾ ਫਿਰਦਾ ਹੁਣ ਹਾਂ ਵੀ ਕੈਰੀ ਹੈਂ ਚੱਪਲਾਂ ਵਾਲੇ ਕੰਮ ਨਾ ਕਰਨਾ ਯਾਰ ਇੱਥੇ ਐਵੇਂ ਇੱਥੇ ਆ ਕੇ ਵੀ ਚੱਪਲਾਂ ਵਾਲੇ ਕੰਮ ਇਨਸਾਨ ਇਨਸਾਨ ਕਹੀਦਾ ਹੁੰਦਾ ਚੱਲ ਤੈਨੂੰ ਮੈਂ ਟਾਸਕ ਦਿੰਦਾ ਤੂੰ ਆ ਵੇਚ ਕੇ ਦਿਖਾਉਣੀ ਆ ਵੇਚ ਕੇ ਦਿਖਾ ਚੱਲ ਆਹ ਸ਼ਰਟ ਆ ਸ਼ਰਟ ਵੇਚ ਕੇ ਦਿਖਾਉਣੀ ਆ ਠੀਕ ਹੈ ਵੀਰੇ ਚੱਲ ਰਹਿਣ ਦੋ ਬਈ ਮੈਂ ਨਹੀਂ ਲੈਣੀ ਛੱਡ ਦੋ ਤੁਸੀਂ ਫੇਰ ਐਂ ਕਹਿਰੀ ਜਿਹੜੀ ਮੈਂ ਸ਼ਰਟ ਪਾਈ ਆ 1500 ਰੁਪਏ ਦੀ ਲੈ ਕੇ ਆਇਆ ਮੈਂ ਹਨਾ ਐਚਐਨਐਮ ਤੋਂ ਇੱਥੇ 150 ਰੁਪਏ ਦੀ ਆ ਆ ਰਹੀ ਕੱਲ ਦੀ ਫਲੈਟ ਆਏ ਦੀ ਅੱਜ ਦੇਖ ਲੋ ਕੀ ਕਰੀ ਜਾਂਦਾ
ਠੀਕ ਆ ਸ਼ਰਟਾਂ ਪੂਰੀਆਂ ਘੈਂਟ ਆ ਇੱਥੇ ਕਿਤੋਂ ਨਹੀਂ ਮਿਲਦੀਆਂ ਹੈ ਕਿੰਨੇ ਦੀ ਇਹ 150 ਮੇਰੇ ਮੈਂ ਪ੍ਰਾਈਸ ਦੇਖ ਕੇ ਆ ਮੇਰਾ ਜੀ ਕਰ ਗਿਆ ਇਰਾਦਾ ਬਣ ਗਿਆ ਸੀ ਇਹਦਾ ਮਤਲਬ ਧਾਗੇ ਨਿਕਲ ਲਗੇ ਰੇ ਯਾਰ ਸਸਤਾ ਦੇ ਕੇ ਬੰਦਾ ਜਾਣ ਕੇ ਲੈਂਦਾ ਨਹੀਂ ਗਾ ਨਾ ਚੀਜ਼ ਪਰ ਉਹਦਾ ਵਧੀਆ ਹੀ ਹੋਊਗੀ ਇਹ ਯਾਰ ਕਈ ਲੈ ਲਾ ਓਏ ਮੇਰੇ ਵੱਲੋਂ ਗਿਫਟ ਆ ਤੈਨੂੰ ਅੰਗ ਪ੍ਰਦਰਸ਼ਨ ਹੋਣਗੇ ਤੇਰੇ ਇੰਚ ਭਰਾਵਾ ਇਹਨੂੰ ਕੀ ਕਹਿੰਦੇ ਨੇ ਪਤਾ ਤੈਨੂੰ ਹਾਂ ਸੈਂਡੋ ਕਹਿੰਦੇ ਹੁੰਦੇ ਆ ਠੀਕ ਆ ਯਾ ਸੇ ਪਾਹੇ ਦੇਖੋ ਬਾਈ ਉਰੇ ਮਾਰਕੀਟ ਮਾਰਕੀਟ ਬੜੀ ਤਕੜੀ ਬਣੀ ਹੋਈ ਆ ਇੰਨੇ ਜਾਣੇ ਆਉਂਦੇ ਆ ਇੱਥੇ ਦੇਖੋ ਤਾਈ ਸੈਂਡੋ ਘੈਂਟ ਆ ਜਿਹੜੀਆਂ ਕੁੜੀਆਂ ਬਾਲੀਆਂ ਘੈਂਟ ਪਾਉਂਦੀਆਂ ਨਾ ਇੰਸਟਾਗ੍ਰਾਮ ਤੇ ਸਾਰੀਆਂ ਇਥੋਂ ਕੱਪੜੇ ਲੈ ਕੇ ਜਾਂਦੀਆਂ ਨੇ ਹਾਂ ਸੈਂਡੋ ਦੇਖ ਕਿੰਨੀ ਘੈਂਟ ਬਰੇ ਕੁਆਲਿਟੀ ਦੇਖ ਇਹਦੀ ਉਹ ਤੂੰ ਵੇਚਣ ਬਾਈ ਨੂੰ ਰੱਖ ਲਓ ਯਾਰ ਇਸ ਕੋ ਰੱਖ ਲਓ ਜਾਂ ਆਪੇ ਵੇਚਣੇ ਕੋ ਬਾਈ ਬਹੁਤ ਅੱਛੀ ਮਾਰਕੀਟਿੰਗ ਕਰੇਗਾ ਬਾਈ ਮੈਂ ਆਪਕੇ ਕੀ ਗਾਲ ਕਰ ਦੂੰਗਾ ਮੈਨੂੰ ਪਤਾ ਹੈ ਆਪਣੇ ਰਤਵੇ ਕਾ ਲੂਟ ਕੇ ਖਾ ਜਾਏਗਾ ਬਾਈ ਇਹ ਕਰ ਖਾ ਜਾਊਗਾ ਇਹ ਹਾਰ 30-30 ਰੁਪਏ ਵਿੱਚ ਵੇਚ ਦੇਗਾ ਜੀ ਸਭ ਬਾਈ ਖਾਣਾ ਕੀ ਹੈ ਦੱਸ ਯਾਰ ਮੈਂ ਵੀ ਸੱਚੀ ਤੇਰੇ ਕੀ ਸਿਹਤ ਪਾਉਣੀ ਚਾਹੁੰਦਾ ਮਜ਼ਾਕ ਨਹੀਂ ਬਹੁਤ ਸੋਹਣਾ ਆ ਤੇਰਾ ਸਿਹਤ ਸਰੀਰ ਕੁਛ ਵੀ ਖਾ ਲਓ ਕੁਛ ਵੀ ਖਾ ਲਓ ਬਰਗਰ ਪੀਜ਼ਾ ਬੜਾ ਕੂਲਾ ਕੂਲਾ ਯਾਰ ਤੂੰ ਐ ਨਹੀਂ ਯਾਰ ਬੜਾ ਘੈਂਟ ਬੰਦਾ ਬਾਈ ਆ ਦੇਖੋ ਐ ਹੋ ਰਿਹਾ ਬਾਈ ਜੀ ਇੰਡੀਆ ਗੇਟ ਕੈਰੀ ਵੀਰੇ ਆਖਰੀ ਵਾਰੀ ਦੇਖ ਲਾ ਇਸ ਤੋਂ ਬਾਅਦ ਹੁਣ ਕੈਨੇਡਾ ਅਮਰੀਕਾ USA ਦੇ ਗੇਟ ਹੀ ਦੇਖ ਲਈ ਯਾਰ ਜਦੋਂ ਵੀ ਮੈਂ ਸਨੈਪ ਪਾਉਣ ਲਾਤਾ ਨਾ ਹਾਂ ਕੈਮਰਾ ਮੇਰਾ ਧੁੰਦਲਾ ਹੋ ਜਾਂਦਾ ਫਿਰ ਮੈਨੂੰ ਝੱਗੇ ਨਾਲ ਸਾਫ਼ ਕਰਕੇ ਪਾਉਣੀ ਪੈਂਦੀ ਯਾਰ ਹੁਣ ਬਾਈ ਇਹ ਨਾ ਐਡਾ ਪਾਗਲ ਆ ਪਾਸਪੋਰਟ ਪਾਉਣ ਲਈ ਉਹਦਾ ਬੈਗ ਨਹੀਂ ਲੈ ਕੇ ਆਇਆ ਤਾਂ ਕਰਕੇ ਹੁਣ ਆਪਾਂ ਇੱਥੇ ਬੈਗ ਲੈਣ ਆਇਆ ਸਾਈਡ ਬੈਗ ਤਾਂ ਦੇਖ ਲਓ ਹੁਣ ਅਸੀਂ ਲੱਭਦੇ ਪਏ ਹਾਂ ਅਤੇ ਮਾਰਕੀਟ ਬੜੀ ਤਕੜੀ ਆ ਹੁਣ ਆਪਾਂ ਆ ਗਏ ਹਾਂ CP ਯਾਰ ਸਾਈਡ ਬੈਗ ਮੈਂ ਤਾਂ ਸੰਭਾਲ ਲੈਣੀ ਆ ਤਾਂ ਕੋਈ ਨਹੀਂ ਕਹਿਣਾ ਨਹੀਂ ਕਹਿਣਾ ਜੇ ਲੈਣਾ ਪੈਣਾ ਉਹ ਪਾਸਪੋਰਟ ਉਹਦੇ ਵਿੱਚ ਪਾਏਗਾ ਕਰੰਸੀ ਇੱਦਾਂ ਨਾ ਕਰਿਆ ਕਰ ਮੇਰੀ ਗੱਲ ਸੁਣ ਹੁਣ ਤੂੰ ਯਾਰ ਇੰਨੇ ਵੱਡੇ ਸ਼ਹਿਰ ਜਾਣਾ ਵਾ ਤਾਂ ਲੱਭ ਲਾ ਆ ਨਹੀਂ ਵਧੀਆ ਆ ਨਹੀਂ ਵਧੀਆ ਹੁਣ ਬਾਈ ਜੀ ਅਸੀਂ ਆ ਚੁੱਕੇ ਹਾਂ ਇੰਡੀਆ ਗੇਟ 'ਤੇ ਥੋੜ੍ਹੇ ਦਿਨ ਪਹਿਲਾਂ ਫਿਰਦੇ ਸੀਗੇ ਗੇਟਵੇ ਆਫ ਇੰਡੀਆ ਅਤੇ ਹੁਣ ਥੋੜ੍ਹੇ ਦਿਨਾਂ ਬਾਅਦ ਹੀ ਆ ਚੁੱਕੇ ਹਾਂ ਇੰਡੀਆ ਗੇਟ 'ਤੇ ਤੁਸੀਂ ਗੇਟ ਦੇਖ ਸਕਦੇ ਹੋ ਸਾਈਡ ਦੇ 'ਤੇ ਆ ਪ੍ਰੋਪਰ ਦੇਖਦਾ ਨੀਗਾ ਕਿਉਂਕਿ ਹਨੇਰਾ ਵਾਲਾ ਨਹੀਂ ਕਰਦਾ ਦੱਸ ਉਹਦੇ ਤੋਂ ਹੱਥ ਚੱਕ ਪਤਾ ਕਾ ਤੂੰ ਹਾਂ ਸਾਰੇ ਜਾਲੇ ਤੇ ਕਵਰ ਫਿਰਦੇ ਆ ਆਪਾਂ ਦੋਲੇ ਇਕੱਠੇ ਆਏ ਜੇ ਫਿਰਦੇ ਆ ਗਲਤ ਜਿਹਾ ਲੱਗਦਾ ਬਲੋ ਬਲੂ ਜਾਵੇ ਵੀਰੇ ਜਿੱਤੇ ਮਰਦੀ ਓਏ ਸਹੀ ਤਰੀਕੇ ਨਾਲ ਤੁਰ ਵੀਰੇ ਤੇ ਅਗਲਾ ਗਲਤ ਸਮਝੂ ਆਪਾਂ ਨੂੰ ਵੀਰੇ ਅਗਲਾ ਕਹੂਗਾ ਵੀ ਪਤਾ ਨਹੀਂ ਤੇਦਾ ਕਪਲ ਵਗੈਰਾ ਹੀ ਆਉਂਦੇ ਆ ਵੀ ਇਹ ਦੋਵੇਂ ਜੱਫੀ ਪਾ ਕੇ ਫਿਰਦੇ ਆ ਆ ਵੀਰੇ ਹੈਗਾ ਕੁਦ ਮੋਟਰ ਦੇ ਪੂਰਾ ਪੂਰਾ ਲੈਂਦੇ ਆ ਰੈਂਟ ਤੇ ਇਹਨਾਂ ਨੂੰ ਖਾ ਲੈਂਦੇ ਆ ਯਾਰ ਰੈਂਟ ਤੇ ਮਿਲਦੇ ਆ ਹੋਰ ਨਾਲੇ ਯਾਰ ਦੇ ਲੈ ਕੇ ਲੈ ਕਿੱਥੋਂ ਮਿਲਦੇ ਲਿਆ ਮੈਂ ਤਾਂ ਭਜਾਉਂਗਾ ਬਹੁਤ ਇਹਨਾਂ ਨੂੰ ਮੈਂ ਤਾਂ ਆਪ ਭਜਾਊਗਾ ਪਰ ਨਹੀਂ ਤੇਰੇ ਲਈ ਤਾਂ ਖੇਡਦਾ ਬ్రో ਦੇਖ ਚਾਰਾ ਡੇਰਾ ਹੀ ਜੀਪ ਜਵਾਕ ਵਾਲੀ ਜੀਪ ਕਹਿੰਦਾ ਮੇਰੇ ਲਈ ਇਹ ਕੈਰੀ ਵੀਰੇ ਦੇਖੀ ਚੱਲੀ ਵੀਰੇ ਉਹ ਮੋਟਰ ਸਾਈਕਲ ਆ ਉਹ ਦੇਖੀ ਚੱਲ ਜਾ ਆ ਤਾਂ ਪੈੜ ਪੜ ਇੱਥੇ ਲਿਆ ਕੇ ਕਿਰਾਏ ਤੇ ਲਾ ਦੇਣਾ ਮੈਂ ਦੇਖੀ ਚੱਲ ਬਿਜ਼ਨਸ ਮੈਂ ਉਹ ਇੱਥੇ ਪੈੜ ਪੜ ਲੈ ਕੇ ਆਉਣਾ ਹੈਗਾ ਪਾਣੀ ਤੇ ਚਲਾਉਣਾ ਸੀ ਉਹਨੂੰ ਮੇਰੇ ਬਿਜ਼ਨਸ ਮਾਈਂਡਡ ਆਈਡੀਆ ਹੁੰਦੇ ਆ ਬ్రో ਜਿਹੜਾ ਕਿ ਤੇਰੇ ਕੋਲੇ ਬਹੁਤ ਟਾਈਮ ਤੋਂ ਪਹਿਲਾਂ ਜਿਵੇਂ ਤੈਨੂੰ ਦੱਸਿਆ ਆ ਯਾਰ ਇਹ ਵੀ ਆ ਬ్రో ਹੁਣ ਬਸ ਯਾਰ ਦੇਖਦੇ ਆ ਬਾਈ ਜੋ ਜਾਂ ਤੇ ਕਰ ਛੋਟੀ ਬਾਈਕ ਮਿਲ ਰਹੀ ਹੈ ਚੱਲ ਰਹੀ ਹੈ ਛੋਟੀ ਛੋਟੀ ਬਾਈਕ ਇਹ ਵਾਲੀ ਇਹ ਤਾਂ ਬੱਚੇ ਵਾਲੀ ਆ ਯਾਰ 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 ਆ ਗਈ ਇਹ ਤਾਂ ਜਵਾਕਾਂ ਦੀ ਆ ਬੜੇ ਬੰਦੇ ਵੀ ਚਲਾ ਸਕਦੇ ਆ ਚਲਾ ਸਕਦੇ ਆ ਬਾਈ ਕਹਾਂ ਸੇ ਮਿਲਤੀ ਹੈ ਭਾਈ ਇਹ ਚਲਵਾ ਦੇ ਅਭੀ ਥੋੜੇ ਦਾ ਆਪ ਲੈ ਲੈਣਾ ਹੈ ਮੋਦੇ ਖੜਾ ਬੰਦਾ ਕੋਈ ਹੋਰ ਓਏ ਉਹ ਕਹਿੰਦਾ ਚਵੇੜਾ ਮਾਰ ਕੇ ਖੋਲੋ ਇਹਨਾਂ ਤੋਂ ਮੈਂ ਕਿਹਾ ਨਹੀਂ ਯਾਰ ਇਹੋ ਜਿਹਾ ਆਪਾਂ ਕੰਮ ਗਲਤ ਨਹੀਂ ਕਰਦੇ ਭਾਈ ਤਰੇ ਆਉਂਦਾ ਉੱਤੇ ਬੈਠਾ ਦੇਖ ਓਏ ਹਾਂ ਓਏ ਕਿੱਡੇ ਕਿੱਡੇ ਆ ਕਿੰਨੇ ਰੁਪਈਆ ਪੁੱਛੀ ਇਹਨੂੰ ਓਏ 4 ਰੁਪਈਆ ਹੋ 100 ਹੋਊਗਾ ਤੂੰ ਹੁਣ ਉਹਨੂੰ ਦੱਸ ਆਪਦਾ ਹੋਰ ਕਹਾਂ ਲੱਖ ਰੁਪਈਆ ਹੋਣਾ ਹੋਰ ਨਾਲ ਕਿੱਡੇ ਨਹੀਂ ਕੱਢ ਕੇ ਮੈਂ ਮੇਰੇ ਬਾਹਰ ਨਹੀਂ ਚਲਾਉਣੀ ਉਹ ਸਾਰਾ ਕੁਝ ਦੇ ਦੇਗਾ ਉਹਨੂੰ ਵੀਰੇ ਇਹਦੇ ਪਿੱਛੇ ਸਾਰਾ ਪਤਾ ਉਹ ਦੇਖੋ ਬਾਈ ਇੰਡੀਆ ਗੇਟ ਬਾਈ ਬਾਤ ਸੁਣਨਾ ਆ ਗਿਆ ਉਹਦੇ ਕੋਲੇ ਦੇਖਿਓ ਹੁਣ ਕੀ ਕਹਿੰਦਾ ਜਾ ਕੇ
ਗੇਟ ਆਫ ਇੰਡੀਆ ਆ ਗਏ ਆ। ਕਿਵੇਂ ਇੱਥੋਂ ਤੱਕ ਉਹ ਤੱਕ 50 ਰੁਪਏ ਕਿੱਥੋਂ ਤੋਂ ਕਿੱਥੇ ਬਾਈ ਬਾਈ ਪੰਜਾਬ ਲੈ ਜਾਏਗਾ ਜੇ ਬਾਈ ਜੀ ਪਹਿਲੀ ਬਾਲ ਰਾਹੇ ਆ ਸਭ ਕੁਛ ਬਾਈ ਕਸਮ ਦੇ ਆਏਗਾ ਨਹੀਂ ਵੀ ਵਾਪਸ ਨਹੀਂ ਆਏਗਾ ਜੀ। ਓ ਦੇ ਕੀ ਕਰਦਾ ਜਾਂਦਾ ਓਏ ਉਹ ਜਾਂਦਾ ਚਲੋ ਮੈਂ ਵੀ ਟਰਾਈ ਕਰਦਾ। ਉਹ ਬਾਈ ਉਹ ਮੋਟਰਸਾਈਕਲ ਲੈ ਕੇ ਭੱਜ ਗਿਆ ਅਤੇ ਬਿਰਾ ਅਤੇ ਮੈਂ ਹੁਣ ਵੇਟ ਕਰੀ ਜਾਂਦੇ ਹਾਂ ਬਾਈ ਕਹਿੰਦਾ ਫੋਨ ਲਾ ਕੇ ਤਾਂ ਪਤਾ ਨਹੀਂ ਕਿੱਥੇ ਭੱਜ ਗਿਆ ਆਹ ਤਾਂ ਨਹੀਂ ਕਿਤੇ ਨਹੀਂ ਤਾਂ ਕੋਈ ਹੋਰ ਆ ਕਿੱਥੇ ਗਿਆ ਬਾਈ ਉਹ ਨਹੀਂ ਆਉਂਦਾ ਹੁਣ 50 ਰੁਪਏ ਬਾਈ ਕਿਤਨੇ ਕੀ ਹੈ ਜੇ ਬਾਈਕ 35,000 ਕੀ 50 ਰੁਪਏ 'ਚ ਹੀ ਲੈ ਗਿਆ ਬਾਈ ਬਾਈ ਕਹਿੰਦਾ ਉਹਨੂੰ ਫੋਨ ਲਾਓ ਕਹਿੰਦਾ ਇੱਥੋਂ ਲੈ ਕੇ ਉੱਥੋਂ ਵਾਪਸ ਥੋੜ੍ਹਾ ਹੀ ਆਇਆ ਹੀ ਨਹੀਂ ਆਹ ਆ ਗਿਆ ਨਿਆਰੇ ਲੈ ਰਿਹਾ ਉਹਦੇ ਪੂਰੇ ਆਹ ਦੇਖ ਲਓ ਆਹ ਆ ਗਿਆ ਚੋਰ ਸਾਲਾ ਮੈਂ ਦੇਖ ਲਓ ਆਹ ਖੜ ਗਿਆ ਤੈਨੂੰ ਕਿਹਾ ਭਰਾਵਾ ਕਿੱਧਰ ਭੱਜ ਗਿਆ ਸੀਗਾ ਆਰਾਮ ਸੇ ਬਾਈ 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 ਡਰਤਾ ਹੈ ਯਾਰ ਨਹੀਂ ਤੋੜੇਗਾ ਬਾਈ ਲਾਈ ਲੈ ਦੇ ਗਏ ਹਮ ਉਹ ਰਾਈਡਰ ਹੈ ਬ్రో ਬਸ ਗਾੜੀ ਨਹੀਂ ਇਹਨੇ ਰਾਈਡਰ ਆ ਪ੍ਰੈਟਰ ਅਲੱਗ ਬਾਤ ਹੈ ਸਰਾ ਲਾਤਾ ਕਹਿਣਾ ਓਏ ਗੈਰੀ ਅਰੇ ਬੜਾ ਸਮਾਨ ਆਉਂਦਾ ਜਾ ਤੇ ਆ ਕੇ ਆਪਣੇ ਦੋਨਾਂ ਦੀ ਪੇਮੈਂਟ ਕਰ ਬ్రో ਮਿਲਖਾ ਸਿੰਘ ਦਾ ਮੁੰਡਾ ਹੈ ਨੀ ਗਾ ਭਜਾ ਕੇ ਲਿਆ ਗੇੜਾ ਕੱਢਿਆ ਮੈਂ ਇੱਥੇ ਖੜਾ ਬਾਈ ਇਹ ਚੋਰ ਆ ਸਾਡੇ ਜਗਰਾਂ ਚ ਬਹੁਤ ਕੁਛ ਚੋਰੀ ਕੀਤਾ ਬਾਈ ਇਹਨੇ ਤੂੰ ਭਰੋਸਾ ਕਰ ਲੈ ਰਿਹਾ ਵੀ ਸੱਚ ਮੁੱਚ ਚੋਰ ਹੈ ਬਾਈ ਜੀ ਆਦਮੀ ਹੈ ਨਾ ਜੇ ਚੋਰੀ ਕਰ ਲਿਆ ਫਿਰ ਆਪਕਾ ਕਿਆ ਹੋਗਾ ਬਾਈ ਜੀ ਪੀ ਐਸ ਲਗਾ ਹੋਗਾ ਇਸਮੇ ਜੀ ਪੀ ਐਸ ਕਹਾਂ ਪੇ ਲਗਾਏ ਬਤਾ ਦੋ ਹਮ ਤੋੜ ਕਰ ਸੁੱਟ ਦੇਗੇ ਬਤਾ ਦੋ ਯਾਰ ਬਾਈ ਹੋਣਾ ਕਿਤਨੇ ਕੀ ਆਤੀ ਹੈ ਪੈਸੇ ਜੀ ਬਾਈਕ 35,000 ਕੀ ਫਿਰ 35,000 ਤੋਂ ਕੋਈ ਨਹੀਂ ਹੋਗਾ ਆਪਕੇ ਲਈ ਬੜਾ ਹਮਾਰੀ ਗੱਡੀ ਕੀ ਡਿੱਗੀ ਮੇਰੇ ਖਾ ਦਿਓ ਮਜ਼ਾਕ ਨਹੀਂ ਬਾਈ ਐਸਾ ਕੌਣ ਸਾ ਨਾਲ ਲੇਕਰ ਜਾਣਾ ਹੈ ਸਹੀ ਬਾਤ ਹੈ ਨਾ ਬੋਲੋ ਯਾਰ ਬਾਈ ਚਲੋ ਇਹਨੇ ਬੋਲ ਦੋ ਚੈਨਲ ਕੋ ਸਬਸਕ੍ਰਾਈਬ ਕਰ ਲਓ ਵਾਓ ਬਾਈ ਬਹੁਤ ਜੀਪ ਪਰ ਵੀ ਮੈਂ ਬੈਠ ਸਕਦਾ ਹੂੰ ਯਾਰ ਬਾਈ ਹੈ ਸੱਚ ਮੈਂ ਬੈਠ ਸਕਦਾ ਹੂੰ ਉਸ ਗਾੜੀ ਮੇਂ ਮਜ਼ਾਕ ਨਹੀਂ ਹੈ ਤਲਾਬ ਮੇਂ ਨਹਾ ਸਕਦਾ ਹੂੰ ਮੈਂ ਵੋ ਜੋ ਤਲਾਬ ਹੈ ਇਸਮੇਂ ਨਹਾ ਸਕਦਾ ਹੂੰ ਮੈਂ ਨਹਾ ਨਹੀਂ ਸਕਦਾ ਹਨਾ ਬਾਈ ਨਹੀਂ ਯਾਰ ਮੂਹਰੋਂ ਚੱਕ ਕੇ ਦਿਖਾਈ ਯਾਰ ਮਾਰ ਸਟੰਟ ਘੈਂਟ ਯਾ ਬਾਈ ਇਹਦੇ ਤਾਂ ਚਲਾ ਬਾਈ ਤੁਹਾਨੂੰ ਤਾਂ ਟ੍ਰੇਨਿੰਗ ਹੋਣੀ ਆ ਪੂਰੀ ਘੈਂਟ ਹੈ ਨਾ ਤੁਸੀਂ ਤਾਂ ਬਹੁਤ ਟਾਈਮ ਦੇ ਚਲਾਉਂਦੇ ਹੋਣੇ ਆ ਬਾਈਕ ਆਪ ਤੋਂ ਬਹੁਤ ਟਾਈਮ ਕੇ ਇਸ ਬਾਈਕ ਕੋ ਚਲਾਤੇ ਹੋਗੇ ਇਸ ਪਰ ਚਲਾ ਸਕਦੇ ਹੋ ਸੀਧਾ ਚਲਾ ਸਕਦੇ ਹੋ ਅਗਰ ਬਾਈ ਮੇਰੇ ਪਾਸ ਹੋਤਾ ਨਾ ਮੈਂ ਚਲਾ ਦੇਤਾ ਮੈਂ ਆਪਕੋ ਬਤਾ ਦੇਤਾ ਮੈਂ ਨਾ ਆਪਣਾ ਪੇੜੋ ਪਰ ਬਾਈਕ ਚਲਾਤਾ ਹੂੰ ਜੇ ਦੇਖੋ ਬਾਈ
ऐसे चला सकते हो भाई आप? जी भाई बताओ। बताओ भाई चला सकते हो ऐसे? हाँ हमारा ट्रैक्टर भी ले आजी, अगर लात वहाँ कुछ भी टूट जाए ना वो फ्री में अच्छी कर देता है वो। देखो ओए आजा आजा 50 रुपया देते हैं साड़ा। ओ देख लो भाई चा कर गया 50 रुपये दे के बरे 50। मैं तो गुम हो गया था भाई यार, 50 रुपये देते हैं हिस्सा नहीं पा लिया रे च। ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਕਿੰਨਾ ਟਾਈਮ ਹੋ ਗਿਆ ਚਲਾਉਂਦੇ ਨੂੰ? ਬਾਈ ਕਿਹੜਾ ਬਹੁਤ ਟਾਈਮ, ਕਿਹੜਾ ਮੇਰਾ ਐਕਸਪਰਟ ਆ, ਮੈਂ ਕਿਹਾ ਫਿਰ ਇਹਨੂੰ ਤੂੰ ਚਲਾ ਕੇ ਦਿਖਾ ਹੱਕ ਨਾ ਬਾਈ ਦਾ। ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਬਾਈ ਇਹ ਤਾਂ ਦਰਖਤਾਂ ਦੇ ਬਾਈਕਾਂ ਚਲਾਉਂਦੇ ਆ ਬਾਈ, ਯਹਾਂ ਪੇ ਚਲਾ ਕੇ ਦਿਖਾ ਦੋ 1000 ਰੁਪਿਆ ਦੇਂਗੇ ਯਾਰ। ਬਾਈ ਨੂੰ ਆਹਾ ਦਿਖਾਈ ਮੈਂ? ਨਹੀਂ ਨਹੀਂ ਬਾਈ ਇਹ ਮੈਂ ਯੂਟਿਊਬ ਵਟਸਐਪ ਪਰ ਡਾਲਤਾ ਹੂੰ, ਵਟਸਐਪ ਪਰ ਡਾਲਤਾ ਹੂੰ, ਇਹ ਸਟੇਟਸ ਡਾਲਤਾ ਹੈ ਬਾਈ ਇਹ ਬਾਈ ਸਟੇਟਸ। ਹਾਂ ਘਰ ਵਾਲੋਂ ਸੇ ਚੋਰੀ ਦੇ ਬਾਈ ਨੂੰ ਯੂਟਿਊਬਰ ਬਾਈ ਗੂਗਲ ਪੇ ਨਿਕਾਲ ਨਾ ਆਪਣਾ ਮਜ਼ਾਕ ਦੀ ਗੱਲ ਨੀ ਵੀਰੇ, ਹੁਣ ਇਹ ਬੰਦਾ ਜਵਾਬ ਦਿਆ ਬਾਈ ਕਰੀ ਯਾਰ ਆਹ ਬਾਰ ਕੋਡ ਕੱਢੀ ਠੀਕ ਆ ਇਹ ਬੋਲ ਰਿਹਾ ਕਿ ਮੈਂ ਤੇਰੇ ਕੋ 1000 ਰੁਪਏ ਸੈਂਡ ਕਰੂੰਗਾ, ਅਗਰ ਇਸਨੇ ਵੀ ਤੇਰੇ ਕੋ 1000 ਰੁਪਏ ਸੈਂਡ ਕਰਦੀ ਆ ਤਾਂ ਮੈਂ ਵਾਪੇ ਛਾਲ ਮਾਰੂੰਗਾ। ਆ ਦੇਖੋ ਬਾਈ ਮੈਂ 1000 ਕਰਤਾ, ਇਹ ਬੰਦਾ ਐਡਾ ਬੇਗੈਰਤ ਵੀਰੇ, ਮੈਂ 1000 ਕਰਤਾ, ਮੈਂ ਆਪਦੀ ਅਣਖ ਦਾ ਬੇਅਣਖਾ ਬੰਦਾ ਬਾਈ ਇਹ। ਬਾਈ ਆ ਗਿਆ ਨਾ 1000, ਆ ਗਿਆ 1000 ਬਾਈ, ਮੈਂ ਮਾਰਦਾ ਸਾਹ ਜਾ ਕੇ। ਆ ਜਾ ਮਾਰ ਵੀਰੇ 1000 ਵੀ ਆ ਗਿਆ, ਆ ਦੇ 1000 ਕਰਤਾ ਬਾਈ ਤੋਂ ਪਛਲਾ ਚਾਹੇ ਆ ਜਾ, ਐਡੀ ਵੀ ਤੇਰੇ ਚ ਅਣਖਾ ਨਾ ਵੀਰੇ, ਸੋ ਲੱਗੇ ਸੋਈ ਕੀਤਾ ਸੀ ਓਏ ਸਹੀ ਕੀਤਾ ਸੀ। ਉਹ ਬਾਈ ਕਹਿੰਦਾ ਆ ਵੀ ਚਲਾ ਸਕਦੇ ਆਪਾਂ ਕਹਾਂ ਤੱਕ ਬਾਈ 50 ਰੁਪਏ ਕਹਾਂ ਤੱਕ? ਮਾਈ ਬੋਸ ਅਰੇ ਬਾਈ ਤੂੰ ਬਣਾਓਗੇ? ਅੱਛਾ ਬਾਈ ਦੇਖੋ ਉਹ ਯਾਰ ਤੂੰ ਤਾਂ ਬੜਾ ਯਾਰ ਤੂੰ ਠਗਾਈ ਜਾਂਦਾ, ਰੁਪਈਆ ਵੀਰੇ ਉਹ ਤੇਰੀ ਰੁਪਈਆ 100 ਦੇਣਾ ਵਾ, ਤੂੰ ਸਾਲਾ 150 ਦੇ ਸ਼ੁਰੂ ਕਰਤਾ ਕੰਮ, ਵੈਸੇ ਇਸ ਕੋ ਬਾਰਗਨਿੰਗ ਸਿਖਾ ਰਹਾ ਹੂੰ ਮੈਂ। ਹੈਂ ਕਹਾਂ ਤੱਕ ਹੋਤਾ ਹੈ ਫਿਰ ਯਾਰ? ਲਾਈਟ ਵਾਲਾ 5 ਘੰਟੇ ਹੋਤਾ ਜਾ ਕੇ ਰਿਟਰਨ ਆਨੇ ਕਾ। ਅਰੇ ਬਾਈ ਤੂੰ ਦੇਖ ਹੀ ਜਾ ਲੋ ਜਾ ਤਾ ਕਹਾਂ ਬਾਈ, ਹਾਂ ਉਧਰ ਸੇ ਆਜੋ ਵੀਡੀਓ ਬਣਾ ਲੈਣਾ ਠੀਕ ਹੈ? ਅਰੇ ਬਾਈ ਐਸੀ ਹੈ ਇਹ, ਇਹ ਵਾਲਾ ਬ੍ਰੇਕ ਹੁੰਦਾ ਉਹ ਨਹੀਂ ਹੁੰਦਾ, ਕੋਈ ਬਾਤ ਨਹੀਂ ਫੋਨ ਰੱਖ ਲੋ ਪੈਕੇਟ ਵਿੱਚ ਜੋ ਜੇ ਮੇਰੇ ਆ ਜਾ ਭਾਈ ਆ ਜਾ ਓਕੇ ਓਕੇ। ਆ ਦੇਖੋ ਬਾਈ ਜੀ ਹੁਣ ਜਾਵਾਂਗੇ ਆਪਾਂ ਉੱਥੇ ਉਹ ਭਵਨ ਤੱਕ ਪੂਰੀ ਤੇਜ਼ੀ ਨਾਲ, ਦੇਖੀ ਚੱਲੋ ਹੁਣ ਆ ਜਾ ਆ ਜਾ ਆ ਜਾ ਆ ਜਾ ਫਟਾਫਟ ਤੇਰਾ ਮੇਰੇ ਕੋਲ ਆ ਜਾ। ਓਏ ਆ ਕਹਿੰਦੇ ਮੁੰਡੇ ਜਾ ਰਹੇ ਨੇ ਮੇਰੇ ਵੀਰੇ, ਸਵਾਦ ਆ ਰਹੇ ਨੇ ਘੁੰਮ ਕੇ ਆਉਣਾ ਠੀਕ ਹੈ, ਕਿਹੜਾ ਪਤਾ ਲੱਗਣਾ। ਦੇਖੋ ਬਾਈ ਇਹ ਹੁੰਦੀ ਆ ਯਾਰੀ, ਪੂਰੇ ਵਧੀਆ ਲਵਾਂਗੇ ਉਦੋਂ ਹੀ ਮਾੜੀ ਮਿਲ ਗਈ ਆ ਵੀਰੇ, ਮੇਰੀ ਗੱਲ ਤਾਂ ਵਧੀਆ ਟੌਪ ਮਾਡਲ ਆ ਵੀਰੇ ਸਾਰੇ ਫੀਚਰ ਆ ਵੀਰੇ, ਆਪਾਂ ਉਹਦੇ ਉੱਤੇ ਚੜਾ ਦਈਏ ਬਾਈ।
ਬਰੇ ਆਏ ਜਦ ਤੱਕ ਲਾਉਣੀ ਯਾਰ ਇਸ ਬਾਟੀ ਨਾਲ ਮਿੱਟੀ ਖਾਣਿਆ ਬੱਜੂ ਬੱਜੂ ਮੈਨੂੰ ਤੇ ਆਹੀ ਉਮੀਦ ਸੀ ਵਿੱਚ ਬੱਜੂ ਬਹੁਤ ਸਿੰਪਲ ਆ ਦੇਖੋ ਰੇਸ ਦਓ ਚੱਲ ਅੱਪੀ ਡੋਲਦੀ ਆ ਚੱਲ ਚੱਲ ਮੈਂ ਤੋੜ ਦਿੰਦਾ ਜਵਾਕਾਂ ਦੀ ਜਵਾਕਾਂ ਨੂੰ ਨਾ ਯਾਰ ਤੂੰ ਨੀ ਛੱਡਦਾ ਲੈ ਦੇਖ ਲੋ ਲੈ ਦੱਸ 100 ਰੁਪਇਆ ਦੇ ਕੇ ਸਾਲਾ ਐ ਲੱਗਿਆ ਪਿਆ ਵਾ ਨਾ ਭਰਾਵਾ ਓਏ ਆਪਾਂ ਓਏ ਦੁਬਾਰਾ ਗੇੜਾ ਕੱਢ ਕੇ ਆਉਂਦੇ ਇੱਧਰ ਓਏ ਓਏ ਕੈਰੀ ਓਏ 200 ਰੁਪਇਆ ਦੇ ਦਾਂਗੇ ਆਪਾਂ ਗੇੜਾ ਕੱਢ ਕੇ ਆਉਂਦੇ ਇੱਧਰ ਓਏ ਠੀਕ ਆ ਉਹ ਦੇਖੋ ਬਾਈ ਸਾਹਮਣੇ ਇੰਡੀਆ ਗੇਟ ਆ ਉਹ ਰਿਹਾ ਆ ਪੰਗੇ ਲੈ ਰਹੇ ਹਾਂ ਬਾਈ ਬੀਂਗ ਬ੍ਰਾਂਡ ਹੈ ਦਿੱਲੀ ਤੱਕ ਹੈ ਹੈਗੀ ਆ ਜਮਾ ਅਮਨ ਅਰਗਾ ਵੀਰੇ ਤੂੰ ਤਾਂ ਯਾਰ ਨਿੱਕਾ ਹੁੰਦਾ ਇਹੋ ਜਿਹਾ ਹੀ ਸੀ ਅਮਨ ਅੱਛਾ ਹਾਂ ਦੱਸ ਬਾਈ ਗਾਲਾਂ ਕੱਢ ਕੱਢ ਨੂੰ ਵਾਲਾ ਆਪਨੇ ਬਤਾਇਆ ਅਗਰ ਟੁੱਟ ਜਾਏਗਾ ਤਾਂ ਬਚੇਗਾ ਭਾਈ ਕੋਈ ਬਾਤ ਹੀ ਨਹੀਂ ਰਹਾ ਲੈ ਦੇਗੇ ਭਈਆ ਐਸਾ ਨਹੀਂ ਹੁੰਦਾ ਜਿੰਨਾ ਆਪ ਸੋਚ ਰਹੇ ਹੋ ਨਹੀਂ ਹੁੰਦਾ ਭਾਈ ਲੈ ਦੇਗੇ ਯਾਰ ਇਸ ਕੀ ਬਾਤ ਕੀ ਹੈ ਆਪਨੇ ਬਤਾਇਆ ਵੀ ਐਸੇ ਨਹੀਂ ਕਰਨਾ ਇੰਜੋਏ ਕਰ ਚੀਜ਼ ਹੈ ਇੰਜੋਏ ਕੀਜੀ ਇੰਜੋਏਮੈਂਟ ਕਰੋ ਭਾਈ ਖਾਲਣਾ ਨਹੀਂ ਹੈ ਓਕੇ ਵੀਰੇ ਇੰਜੋਏਮੈਂਟ ਕਰਨਾ ਠੀਕ ਹੈ ਨਾ ਅਗਰ ਇੱਕ ਪੰਚਰ ਵੀ ਹੋਆ ਨਾ ਉਸਕਾ ਵੀ ਮੈਂ ਦੂਗਾ ਨੱਡ ਵੀ ਕਰਾਣਾ ਉਸਕਾ ਵੀ ਦੂਗਾ ਨਿਆ ਹੋ ਕੇ ਨਿਆ ਲੈ ਦੂ ਯਾਰ ਇਤਨੀ ਹੈ ਮੇਰੀ ਖਾਤ ਭਾਈ ਟੈਨਸ਼ਨ ਮਤ ਲੋ ਆਪ ਪੰਗਾ ਪੈ ਚੱਲਿਆ ਸੀਗਾ ਕੈਰੀ ਕਹਿੰਦਾ ਬਾਈ ਰੁਪਈਆ ਚਾਹੇ ਲੱਖ ਲੱਗ ਜੇ ਇੱਥੇ ਅੜੀ ਆ ਉੱਥੇ ਅੜੀ ਆ ਬਾਈ ਕਿਉਂ ਵੀ ਚਿਲ ਕਰਤੇ ਆ ਪਤਾ ਨੀ ਕਿਹੋ ਜਿਹਾ ਚਿਲ ਕਰਾਊ ਹੁਣ ਅਭੀ ਬਾਈ ਆਪਾਂ ਨੂੰ ਅਭੀ ਬਾਈ ਹੁਣ ਬਾਈ ਯਾਰ ਦੋਸਤ ਮਿਲ ਗਿਆ ਆਪਾਂ ਨੂੰ ਐ ਉਹ ਮਾਰਦਿਆ ਬਾਈ ਕਿੱਕਾਂ ਵੀ ਉਹਦੇ ਪ੍ਰੋਫੈਸ਼ਨਲ ਪਲੇਅਰ ਲੱਗਦੇ ਆ ਸ਼ਕਲੋਂ ਤਾਂ ਨਹੀਂ ਓਦਾਂ ਓਹੋ ਆਪਣੇ ਦੋਵੇਂ ਪੈਰੀ ਚੱਲਦੇ ਇੱਧਰਲਾ ਮਰਜ਼ੀ ਚਲਾ ਲਓ ਅਤੇ ਮੈਂ ਨਾ ਨੈਸ਼ਨਲ ਤੱਕ ਬਹੁਤ ਘੈਂਟ ਫੁੱਟਬਾਲ ਖੇਡੀ ਆ ਸਕੂਲ ਟਾਈਮ 'ਚ ਉਦੋਂ ਬਾਅਦ ਮੈਨੂੰ ਖੜਾਇਆ ਹੀ ਨਹੀਂ ਉਹਨਾਂ ਨੇ ਮਜ਼ਾਕ ਕਰਦਾ ਉਦੋਂ ਬਾਅਦ ਮੈਂ ਫਿਰ ਯਾਰ ਯੂਟਿਊਬ ਲੱਗ ਗਿਆ ਸੀਗਾ ਕਰਨ ਤਾਂ ਫਿਰ ਮੈਂ ਹਟ ਗਿਆ ਕਹਿੰਦਾ ਹੈੱਡ 'ਤੇ ਲੈ ਕੇ ਆਈ ਕਹਿੰਦਾ ਮੇਰੇ ਹਾਂ ਦੇਖੋ ਬਾਈ ਧੋਣ 'ਚ ਬੋਲ ਖਾ ਕੇ ਨਾਲ ਦੀ ਨਾਲ ਹੀ ਪੀਤੇ ਬੰਨਣ ਲੱਗ ਗਿਆ ਇੱਧਰ ਬਾਹਰ ਜਾਣਾ ਬਾਹਰ ਜਾ ਕੇ ਆਪਣੇ ਤੇ ਕੱਲ ਨੂੰ ਬਸ ਮਿਲਦੇ ਆ ਸਵੇਰ ਦੇ ਹੀ ਕਹੀ ਜਾਂਦੇ ਤੈਨੂੰ ਜਹਾਜ਼ ਚ ਨਹੀਂ ਵੜਦਾ ਲੱਤਾਂ ਮਾਰ ਕੇ ਕੱਢਣ ਕੋਈ ਜੇਬ ਹੋ ਯਾਰ ਬਾਈ
ਉਹਦਾ ਪਤਾ ਹੀ ਹੈ ਜੋ ਹੋਣਾ ਵਾ। ਚਲੋ ਫਿਰ ਵੀ ਮਿਲਦੇ ਹਾਂ, ਦਿਖਾਵਾਂਗੇ ਅਗਲਾ ਵਲੋਗ ਤਾਂ ਬੜਾ ਜ਼ਿਆਦਾ ਸਰਪ੍ਰਾਈਜ਼ਿੰਗ ਹੋਣ ਵਾਲਾ, ਮੈਂ ਜਾਣੀ ਮੇਰੇ ਜਾਣ ਦਾ ਦੇਖੀ ਚੱਲਿਓ, ਕੱਲ ਨੂੰ ਪਤਾ ਲੱਗੂਗਾ ਸਾਰਾ ਬਾਈ ਪੂਰਾ ਘੈਂਟ। ਚੈਨਲ ਨੂੰ ਸਬਸਕ੍ਰਾਈਬ ਕਰ। ਓ ਵਾਓ।